ਵਿੱਚ ਨੈੱਟ ਪਲੱਸ ਬ੍ਰਾਡਬੈਂਡ ਵੱਲੋਂ ਇੱਕ ਕਸਟਮਰ ਮੀਟ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਨੈੱਟ ਪਲੱਸ ਅਤੇ ਦੁਨੀਆ ਦੀ ਨੰਬਰ 1 ਸੌਫਟਵੇਅਰ ਲੀਡਿੰਗ ਕੰਪਨੀ US ਦੀ PTC ਕੰਪਨੀ ਵਿਚਾਲੇ ਸਮਝੌਤਾ ਹੋਇਆ। ਇਸ ਸਮਝੌਤੇ ਦਾ ਮਕਸਦ ਨੈੱਟ ਪਲੱਸ ਦੇ 4 ਮਿਲੀਅਨ ਗ੍ਰਾਹਕਾਂ ਨੂੰ ਉਮੰਦਾ ਸੇਵਾਵਾਂ ਮੁਹੱਈਆ ਕਰਵਾਉਣਾ ਸੀ। ਇਸ ਮੌਕੇ ਨੈੱਟ ਪਲੱਸ ਦੇ CEO ਪ੍ਰੇਮ ਓਜਾ ਨੇ ਦੱਸਿਆ ਹੈ ਕਿ ਅਸੀਂ ਇੱਕ ਕਸਟਮਰ ਮੀਟ ਕਰਵਾਈ ਸੀ ਜਿਸ ਦੌਰਾਨ PTC ਵੱਲੋਂ ਡਿਜੀਟਲ ਸੌਫਟਵੇਅਰ ਦੀ ਪੇਸ਼ਕਾਰੀ ਕੀਤੀ ਗਈ ਅਤੇ ਗ੍ਰਾਹਕਾਂ ਨੂੰ ਇਸ ਨਾਲ ਹੋਣ ਵਾਲੇ ਲਾਭ ਬਾਰੇ ਦੱਸਿਆ ਗਿਆ। ਇਸ ਦੌਰਾਨ ਗ੍ਰਾਹਕਾਂ ਵੱਲੋਂ ਇਸ ਨੂੰ ਕਾਫੀ ਪਸੰਦ ਵੀ ਕੀਤਾ ਗਿਆ ਤੇ ਇਸ ਦੇ ਨਾਲ ਹੀ ਗ੍ਰਾਹਕਾਂ ਲਈ ਨਵੇਂ ਪਲਾਨ ਵੀ ਪੇਸ਼ ਕੀਤੇ ਗਏ ਨੇ ਜਿਸ ਦੇ ਨਾਲ ਗ੍ਰਾਹਕਾਂ ਨੂੰ ਹੋਰ ਵੀ ਵੱਧ ਲਾਭ ਮਿਲੇਗਾ। ਅੱਜ ਹਮਾਰਾ ਲੁਧਿਆਣਾ ਮੇ ਹਮਾਰੇ ਜੋ ਇਲੀਟ ਕਸਟਮਰਸ ਹੈ ਉਨਕੀ ਮੀਟ ਥੀ ਤੋ ਹਮਾਰੇ ਕਰੀਬਨ 40 ਲੱਖ ਕਸਟਮਰਸ ਹੈ ਉਸਮੇ ਸੇ ਐਂਟਰਪ੍ਰਾਈਜ਼ ਕਸਟਮਰਸ ਜਿਨਕੀ ਇੰਡਸਟਰੀਜ਼ ਹੈ ਫੈਕਟਰੀਜ਼ ਹੈ ਔਰ ਜੋ ਕਾਫੀ ਬੜਾ ਬਿਜ਼ਨਸ ਹਮ ਲੋਗੋਂ ਕੇ ਸਾਥ ਕਰਤੇ ਹੈ ਜਿਨਕੋ ਹਮ ਲੋਗ ਕਾਫੀ ਸਾਰੀ ਸਰਵਿਸਿਜ਼ ਦੇਤੇ ਹੈ ਤੋ ਉਨਕੇ ਲੀਏ ਇੱਕ ਮੀਟ ਹਮਨੇ ਆਜ ਔਰਗਨਾਈਜ਼ ਕੀ ਥੀ ਸਾਥ ਮੇ ਇੱਕ ਔਰ ਮੌਕਾ ਥਾ ਹਮਨੇ PTC ਜੋ ਕਿ ਵਰਲਡ ਕੀ ਲੀਡਿੰਗ ਸੌਫਟਵੇਅਰ ਕੰਪਨੀ ਹੈ ਹੂਸਟਨ ਬੇਸਡ US ਕੀ ਬੇਸ ਕੰਪਨੀ ਹੈ ਕਰੀਬਨ 35 ਸਾਲ ਸੇ ਸੌਫਟਵੇਅਰ ਮੇ ਕਾਫੀ ਕਾਮ ਕਰ ਰਹੀ ਹੈ ਔਰ ਆਜ ਕੇ ਤਾਰੀਕ ਮੇ ਜੋ ਫਿਜ਼ੀਕਲ ਚੀਜ਼ੇ ਹੈ ਫੈਕਟਰੀ ਕੀ ਜੋ ਇਕਵਿਪਮੈਂਟਸ ਹੋਤੇ ਹੈ ਔਰ ਉਨਕੋ ਡਿਜੀਟਲ ਵਰਲਡ ਸੇ ਕਨੈਕਟ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਕਿਉਂਕਿ ਆਟੋਮੇਸ਼ਨ ਕੇ ਜ਼ਰੀਏ ਹੀ ਇੰਡਸਟਰੀਜ਼ ਐਫੀਸ਼ੀਐਂਟ ਹੋ ਰਹੀ ਹੈ ਆਪਣੀ ਕੋਸਟ ਕੋ ਕਮ ਕਰ ਪਾ ਰਹੀ ਹੈ ਆਪਣੇ ਲੋਸਿਸ ਕੋ ਰਿਡਿਊਸ ਕਰ ਪਾ ਰਹੀ ਹੈ ਤੋ ਉਸਕੋ ਧਿਆਨ ਮੇ ਰੱਖਤੇ ਹੋਏ ਇਹ ਮੀਟਿੰਗ ਥੀ ਪਹਿਲੇ ਉਨਕੇ ਸਾਥ ਹਮਾਰਾ ਟਾਈਅਪ ਹੁਆ ਔਰ ਹਮਨੇ ਆਪਣੇ ਸਾਰੇ ਇਲੀਟ ਇੰਡਸਟਰੀ ਕਸਟਮਰਸ ਕੋ ਯਹਾਂ ਬੁਲਾਇਆ ਥਾ ਤਾਂ ਕਿ PTC ਆਪਣੀ ਜੋ ਸਰਵਿਸਿਜ਼ ਹੈ ਉਨਕੋ ਸ਼ੋਕੇਸ ਕਰ ਪਾਏ ਔਰ ਇੱਕ ਪਲੈਟਫਾਰਮ ਥਾ ਹਮਾਰੇ ਲੀਡ ਕਸਟਮਰਸ ਕੋ ਔਰ PTC ਕੇ ਸਾਥ ਇੰਟਰੈਕਸ਼ਨ ਕਰਕੇ ਉਹ ਜੋ ਵੀ ਓਪਰਚੁਨਿਟੀਜ਼ ਹੈ ਉਨਕੋ ਆਟੋਮੇਟ ਕਰਨੇ ਕੀ ਜਾਂ ਡਿਜੀਟਾਈਜ਼ ਕਰਨੇ ਕੀ IoT ਇੱਕ ਨਈ ਏਰੀਆ ਆ ਰਹੀ ਹੈ ਜਿਸਮੇ ਆਪ ਸਾਰੇ ਇਕਵਿਪਮੈਂਟਸ ਕੋ ਰਿਮੋਟਲੀ ਮੈਨੇਜ ਕਰ ਸਕਤੇ ਹੈ ਉਨਕੇ ਹੈਲਥ ਕੋ ਦੇਖ ਸਕਤੇ ਹੈ ਆਪਕੋ ਅਲਾਰਮਸ ਮਿਲ ਸਕਤੇ ਹੈ ਕਿ ਕੌਨ ਸੀ ਪਾਰਟ ਕਬ ਡਿਫੈਕਟਿਵ ਹੋਣੇ ਵਾਲਾ ਹੈ ਤੋ ਇਹ ਸਾਰੀ ਟੈਕਨੋਲੋਜੀ ਜੋ ਅਭੀ ਨਈ ਆ ਰਹੀ ਹੈ ਉਸਕਾ ਇੱਕ ਸ਼ੋਕੇਸ ਕੀਆ PTC ਨੇ ਔਰ ਹਮਾਰੇ ਕਲਾਇੰਟਸ ਬਹੁਤ ਐਂਥੂਸੀਆਸਟਿਕ ਥੇ ਕਾਫੀ ਮੈਨੂਫੈਕਚਰਿੰਗ ਸੈਟਅਪ ਸੇ ਕਸਟਮਰਸ ਥੇ ਜਿਨ੍ਹਾਂ ਨੇ ਆਪਣੇ ਆਪਣੇ ਏਰੀਆ ਮੇ PTC ਕੀ ਸਰਵਿਸਿਜ਼ ਮੇ ਇੰਟਰਸਟ ਦਿਖਾਇਆ ਹੈ ਔਰ ਉਸੀ ਪਰ ਡਿਸਕਸ਼ਨ ਹੋਇਆ ਹੈ ਸਾਥ ਮੇ ਹਮਨੇ ਆਪਣੇ ਕਸਟਮਰ ਸੇ ਆਪਣੇ ਆਗੇ ਆਨੇ ਵਾਲੇ ਪਲਾਨਸ ਕੇ ਬਾਰੇ ਮੇ ਵੀ ਬਹੁਤ ਸਾਰੀ ਉਨਕੋ ਜਾਣਕਾਰੀ ਦੀ ਉਨਸੇ ਕੁਛ ਫੀਡਬੈਕ ਲੀ ਹੈ ਔਰ ਬੜਾ ਅੱਛਾ ਸੈਸ਼ਨ ਰਹਾ ਬਹੁਤ ਹੀ ਇੰਟਰੈਕਟਿਵ ਸੈਸ਼ਨ ਰਹਾ ਫਾਸਟਵੇ ਪਲੱਸ ਦੀਆਂ ਗੁੱਡ ਸਰਵਿਸਿਜ਼ ਐਂਡ ਦ ਨੈਟਵਰਕ ਸਪੀਡ ਇਜ਼ ਵੈਰੀ ਗੁੱਡ ਐਕਚੁਅਲੀ ਦਿਸ ਅ ਗੁੱਡ ਇਨੀਸ਼ੀਏਟਿਵ ਫਰੋਮ ਦ ਨੈਟ ਪਲੱਸ ਟੂ ਸ਼ੋ ਅਸ ਦ ਵਰਲਡ ਵਾਈਡ ਵਟ ਹੈਪਨਿੰਗ ਇਨ ਦ IT ਵਰਲਡ ਐਂਡ ਇਨ ਦ ਮੈਨੂਫੈਕਚਰਿੰਗ ਸੈਗਮੈਂਟ ਸੋ ਆਈ ਐਮ ਗਲੈਡ ਟੂ ਅਟੈਂਡ ਦਿਸ ਈਵਨਿੰਗ ਸਰ ਇਹ ਬਹੁਤ ਹੀ ਵਧੀਆ ਪਲਾਨ ਆ ਪਹਿਲਾਂ ਵੀ ਅਸੀਂ ਇਹਨੂੰ ਯੂਜ਼ ਕਰ ਰਹੇ ਹਾਂ ਪਰ ਹੁਣ ਇਹ ਜਿਹੜਾ ਨਵਾਂ ਲੈ ਕੇ ਆਇਆ ਤਾਂ ਬਹੁਤ ਅੱਛਾ ਪਲਾਨ ਆ ਸਾਨੂੰ ਇੱਥੇ ਬਹੁਤ ਉਮੀਦ ਹੈ ਅਸੀਂ ਇਹਨੂੰ ਅੱਛੀ ਤਰ੍ਹਾਂ ਯੂਜ਼ ਕਰਾਂਗੇ ਬਹੁਤ ਵਧੀਆ ਪਲਾਨ ਆ ਸਾਨੂੰ ਅੱਛਾ ਲੱਗਿਆ ਜੀ ਇੱਥੇ ਆ ਕੇ ਜੋ ਇਹਦੀ ਸਪੀਡ ਆ ਉਹ ਵੀ ਅਲਟੀਮੇਟ ਆ ਬਿਲਕੁਲ ਕਿਉਂਕਿ ਅੱਜ ਦੇ ਜੋ ਜ਼ਮਾਨਾ ਕੰਪਿਊਟਰਾਈਜ਼ਡ ਫਾਸਟ 4G ਇਹ 4G ਤੋਂ ਵੀ ਉੱਪਰ ਆ ਹਾਈ ਸਪੀਡ ਜਿਵੇਂ ਕਹਿ ਲਈਏ ਆਪਾਂ ਮਤਲਬ ਐਂਡ ਆ ਸਰ ਬਾਕੀ ਨਾਲੋਂ ਬੈਟਰ ਆ ਸਰਵਿਸ ਵੀ ਆ ਸਪੋਰਟ ਵੀ ਆ ਮਤਲਬ ਫਾਸਟ ਨੈਟਵਰਕ ਆ ਸਰ ਸਰ ਇਹ ਰੀਜ਼ਨੇਬਲ ਪ੍ਰਾਈਜ਼ ਆ ਮਤਲਬ ਕੋਸਟ ਕਟਿੰਗ ਜਿਵੇਂ ਕਹਿ ਲਈਏ ਅਤੇ ਫੁੱਲ ਸਪੋਰਟ ਫੁੱਲ ਸਰਵਿਸ ਬਿਲਕੁਲ ਓਕੇ ਆ ਸਰ ਇਹ ਮਤਲਬ ਸਾਨੂੰ ਇੱਦਾਂ ਨਹੀਂ ਲੱਗਿਆ ਅਸੀਂ ਐਗਜ਼ਿਸਟਿੰਗ ਕਸਟਮਰ ਇਹਨਾਂ ਦੇ ਅਸੀਂ ਬਹੁਤ ਵਧੀਆ ਫੀਲ ਕਰ ਰਹੇ ਹਾਂ ਇਹਨਾਂ ਨੂੰ ਚਲਾ ਕੇ ਲੀਜ਼ ਲਾਈਨ ਨੂੰ ਬਾਕੀ ਕਾਫੀ ਅੱਛਾ ਵਾ ਸਰ ਹੁਣ ਵਕਤ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਮੁੜ ਹਾਜ਼ਰ ਹੋਵਾਂਗੇ ਤੁਸੀਂ ਦੇਖਦੇ ਰਹੋ ਲੁਧਿਆਣਾ ਖਬਰਨਾਮਾ